हाँ जर्सी ब्रीड ते काम किया मेन सारा ठीक है जी। तो साढ़े को तकरीबन 50-60 जानवर बड़े छोटे हरदम रेंदे आ फार्म ते सेल लई सेल ऑनलाइन भी मतलब भेजते हैं जां साडी तकरीबन आल पंजाब ही साडी सुविधा अगले दे घर तक छड के आउण तक की साडी जिम्मेदारी है फार्म तो लैके अगले दे घर तक मित्रों छड के आउण दी जिम्मेदारी है जी। जे किसी ने भी वैसे घर रखनी है तो 50,000 वाली तो लैके तो वो कर सकदा। हाँ जी उत्थों काम वधिया 14-15 लीटर दुध दी कैपेसिटी जां इन्ने ते चलदी आ ते वधिया काम चल सकदा। बाकी सातों कंपनियां वाले लै जांदे आ जी सारे पिंड जंडी ਦੇ ਵਿੱਚ ਖੜਾ ਜੀ ਤੇ ਜਰਸੀ ਗਾਵਾਂ ਦੇ ਸ਼ਕੀਨ ਆ ਜਿਹੜੇ ਉਹਨਾਂ ਵਾਸਤੇ ਦਾ ਵਰਦਾਨ ਆ ਵੀਡੀਓ ਕਿਉਂਕਿ ਜਰਸੀ ਗਾਵਾਂ ਦਾ ਭੰਡਾਰ ਥੋੜੇ ਲਈ ਲੈ ਕੇ ਆਇਆ ਇੰਨੀਆਂ ਜਰਸੀ ਗਾਵਾਂ ਕਿਸੇ ਫਾਰਮ ਤੇ ਨਹੀਂ ਦੇਖੀਆਂ ਹੋਣੀਆਂ ਪਹਿਲਾਂ ਪੋਸਟਰ ਪੜ ਲਓ ਜੀ ਸ਼ੀਨਾ ਜਰਸੀ ਫਾਰਮ ਅੱਧੇ ਕਿਹੜੇ ਪਸ਼ੂਆਂ ਵਿਰ ਦੀਆਂ ਵੀਡੀਓ ਦੇਖਣ ਦੇ ਸ਼ੌਕੀਨ ਆ ਉਹ ਤਾਂ ਅੱਧੇ ਕੁ ਪਛਾਣ ਗਏ ਹੋਣਗੇ ਮੈਂ ਕਿੱਥੇ ਆ ਹੈ ਨਾ। ਸ਼ੀਨਾ ਜਰਸੀ ਫਾਰਮ ਜੰਡੀ ਵਾਲਿਆਂ ਕੋਲ ਪਹੁੰਚਿਆ ਜੀ ਤੇ ਇਹਨਾਂ ਦੇ ਕੋਲੇ ਮੰਨ ਕੇ ਚੱਲੀਏ ਸਾਰੀ ਸੁਵਿਧਾ ਮੌਜੂਦ ਆ ਤੁਹਾਡੇ ਘਰ ਤੱਕ ਵੀ ਜੇ ਕਿਸੇ ਨੇ ਗਾਂ ਲੈਣੀ ਆ ਜਾਂ ਕਿਸੇ ਨੇ ਵੱਛੀ ਖਰੀਦਣੀ ਆ ਤੁਹਾਡੇ ਘਰ ਤੱਕ ਵੀ ਪਹੁੰਚੂਗੀ। ਕਿਵੇਂ ਪਹੁੰਚੂਗੀ ਸਾਰੀ ਗੱਲਬਾਤ ਮੈਂ ਕਰਵਾਉਣਾ ਆ ਜੋ ਅੰਦਰ ਆ ਜੋ ਤੇ ਪਹਿਲਾਂ ਤਾਂ ਅੰਦਰ ਆ ਕੇ ਆ ਫਾਰਮ ਦਿਖਾ ਦੀ ਬਾਈ ਸਾਰਾ ਨਾ ਆ ਬਾਈਆਂ ਦਾ ਘਰੇ ਹੀ ਫਾਰਮ ਉਧਰਲੇ ਪਾਸੇ ਵੀ ਹੈਗਾ ਸਾਰੀ ਗੱਲਬਾਤ ਕਰਾਉਣੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀ ਜੀ ਬੜਾ ਆਪਣਾ ਨਾਮ ਬੋਲ ਦਿਓ ਜੀ ਤੁਹਾਨੂੰ ਨਾਮ ਮੇਰਾ ਸੁਖਵਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਜੰਡੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਤੇ ਜਗਰਾਉਂ ਤੋਂ 10 ਕਿਲੋਮੀਟਰ ਤੇ ਸਾਡਾ ਪਿੰਡ ਆ ਜੀ ਜਗਰਾਉਂ ਤੋਂ 10 ਕਿਲੋਮੀਟਰ ਠੀਕ ਹੈ ਤੇ ਸਾਡਾ 24-25 ਸਾਲ ਤੋਂ ਜਰਸੀ ਦਾ ਹੀ ਹੈਗਾ ਕੰਮ ਮੇਨ ਜਰਸੀ ਦਾ ਹੀ ਆ। ਹਾਂਜੀ ਮੇਨ ਜਰਸੀ ਦਾ ਹੀ ਆ ਜਰਸੀ ਬਰੀਡ ਤੇ ਹੀ ਕੰਮ ਕੀਤਾ ਮੇਨ ਸਾਰਾ ਠੀਕ ਹੈ ਜੀ ਤੇ ਸਾਡੇ ਕੋਲ ਤਕਰੀਬਨ 50-60 ਜਾਨਵਰ ਵੱਡੇ ਛੋਟੇ ਹਰਦਮ ਰਹਿੰਦੇ ਆ ਫਾਰਮ ਤੇ ਸੇਲ ਲਈ ਹਾਂਜੀ ਠੀਕ ਹੈ ਜੀ 50-60 ਜਾਨਵਰ ਜਾਣ ਕੇ ਹੁੰਦੇ ਹਨਾ ਜੀ ਤੇ ਇਹ ਵੀ ਕਿਵੇਂ ਵੀ ਪੰਜਾਬ ਤੋਂ ਬਾਹਰੋਂ ਲਿਆਉਣੇ ਹੋ ਜਾਂ ਕਿੱਧਰੋਂ ਕਿਵੇਂ ਨਹੀਂ ਅਸੀਂ ਪੰਜਾਬ ਚੋਂ ਹੀ ਪਰਚੇਜ਼ ਕਰਦੇ ਹਾਂ ਸਾਰੀਆਂ ਪੰਜਾਬ ਵਾਲੀਆਂ ਹੀ ਹਾਂ ਸਾਰੇ ਪੰਜਾਬ ਚੋਂ ਮਾਲ ਜਿੰਨਾ ਵੀ ਹੈਗਾ ਪਰਚੇਜ਼ ਕਰਦੇ ਹਾਂ ਇਕੱਲਾ ਤੇ ਫਾਰਮ ਤੇ ਇਕੱਲਾ ਜਾਂ ਜਦੋਂ ਜਿੰਨੀ ਵੀ ਕਿਸੇ ਨੂੰ ਜ਼ਰੂਰਤ ਆ ਤੇ ਆ ਕੇ ਸਾਤੋਂ ਲੈ ਸਕਦਾ ਆ ਕੇ ਲਿਆ ਸਕਦਾ ਹਾਂਜੀ ਹਾਂਜੀ ਦੋ ਡੰਗ ਚਵਾਈ ਕਰਕੇ ਸਾਤੋਂ ਦੁੱਧ ਦੇਖ ਕੇ ਲਿਜਾ ਸਕਦਾ ਵਾ ਸਾਡੇ ਘਰ ਦੀ ਹਰੇਕ ਚੀਜ਼ ਦੀ ਗਰੰਟੀ ਹੈ ਬਰੀਡ ਦੀ ਜਾਂ ਦੁੱਧ ਦੀ ਚਵਾਈ ਦੀ ਜਾਂ ਦੁੱਧ ਜਿੰਨਾ ਵੀ ਹੋਊਗਾ ਸਾਤੋਂ ਦੋ ਡੰਗ ਚੋ ਕੇ ਸਾਡੇ ਘਰੇ ਲਿਆ ਸਕਦਾ ਦੋ ਡੰਗ ਚੋ ਕੇ ਲਿਆ ਸਕਦਾ ਤੇ ਨਸਲ ਦੀ ਗਰੰਟੀ ਹੁੰਦੀ ਹੈ ਪਿਓਰ ਹਾਂ ਨਸਲ ਪਿਓਰ ਅਸੀਂ ਕੰਮ ਹੀ ਬਰੀਡ ਤੇ ਕੀਤਾ 20-22 ਸਾਲ ਤੋਂ ਜਿਹੜਾ ਕੀਤਾ ਬਰੀਡ ਦਾ ਹੀ ਕੰਮ ਕਰਦੇ ਮੇਨ ਜਰਸੀ ਦੀ ਅਸੀਂ ਹੋਰ ਕੋਈ ਜਾਨਵਰ ਜਾਂ ਦੋਗਲਾ ਜਾਂ ਹੋਰ ਕੋਈ ਕੁਆਲਿਟੀ ਅਸੀਂ ਰੱਖਦੇ ਹੀ ਨਹੀਂ ਹੋਰ ਕੋਈ ਕੁਆਲਿਟੀ ਨਹੀਂ ਰੱਖਦੇ ਇਧਰਲੇ ਪਾਸੇ ਮਿੱਤਰੋ ਗਾਵਾਂ ਦੇਖ ਲਓ ਇਹ ਸਾਰੀਆਂ ਖੜੀਆਂ ਹੋਈਆਂ ਤੇ ਬਾਕੀ ਬਈ ਮੇਨ ਗੱਲ ਇਹ ਕਰੀਏ ਹਨਾ ਜੇ ਕਿਸੇ ਨੇ ਵੀ ਬੱਚੀਆਂ ਵਗੈਰਾ ਖਰੀਦੀਆਂ ਉਹ ਬੱਚੇ ਵੀ ਹੁੰਦੇ ਆ ਸਾਡੇ ਕੋਲੇ 5-6 ਮਹੀਨੇ ਤੋਂ ਲੈ ਕੇ ਵੱਡੇ ਛੋਟੇ ਜਾਂ ਬੱਚੀਆਂ ਗੱਭਣਾ 3 ਮਹੀਨੇ ਤੋਂ ਲੈ ਕੇ 6-7 ਮਹੀਨੇ ਤੱਕ ਸਾਡੇ ਕੋਲੇ ਹਰਦਮ ਗੱਭਣਾ ਬੱਚੀਆਂ ਫਾਰਮ ਤੇ ਤਿਆਰ ਰਹਿੰਦੀਆਂ ਵਾ ਠੀਕ ਹੈ ਜੀ ਤੇ ਜਾਂ ਸੂਈਆਂ ਗਾਈਆਂ ਜਾਂ ਸੂਣ ਵਾਲੀਆਂ ਤਿਆਰ ਰਹਿੰਦੀਆਂ ਵਾ ਕੋਈ ਵੀ ਕਹੇ ਜਾ ਵੀ ਜਾਨਵਰ ਸਾਤੋਂ ਲੈ ਸਕਦਾ ਵਾ ਕੋਈ ਵੀ ਕਹੇ ਜਾ ਵੀ ਕੋਈ ਵੀ ਜਾਨਵਰ ਲੈ ਸਕਦਾ ਜੀ ਤੇ ਹੁਣ ਇੱਕ ਇਹ ਵੀ ਗੱਲ ਆਉਂਦੀ ਹੈ ਵੀ ਜੇ ਕਿਸੇ ਨੇ ਦੂਰੋਂ ਜਾਨਵਰ ਵੀ ਲੈਣਾ ਹੋਵੇ ਤੇ ਆ ਨਹੀਂ ਸਕਦਾ ਉਹਦੇ ਲਈ ਹੈਗੀ ਆ ਵੀ ਪਹੁੰਚਾਉਣ ਦੀ ਅਸੀਂ ਆਨਲਾਈਨ ਵੀ ਮਤਲਬ ਭੇਜਦੇ ਆ ਜਾਂ ਸਾਡੀ ਤਕਰੀਬਨ ਆਲ ਪੰਜਾਬ ਹੀ ਸਾਡੀ ਸੁਵਿਧਾ ਅਗਲੇ ਦੇ ਘਰ ਤੱਕ ਛੱਡ ਕੇ ਆਉਣ ਤੱਕ ਦੀ ਸਾਡੀ ਜ਼ਿੰਮੇਵਾਰੀ ਆ ਫਾਰਮ ਤੋਂ ਲੈ ਕੇ ਅਗਲੇ ਦੇ ਘਰ ਤੱਕ ਮਿੱਤਰੋ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਹੈ ਜੀ ਤੇ ਜੇ ਰੇਟ ਦੀ ਗੱਲ ਕਰੀ ਵੀ ਕਿੰਨੇ ਰੇਟ ਤੋਂ ਕਿੰਨੇ ਦੇ ਵਿੱਚ ਰੇਟ ਜਿਹੜੀ ਸਾਡੇ ਕੋਲੇ ਸੂਈ ਹੋਈ ਗਾਂ ਜਾਂ ਸੂਣ ਵਾਲੀ ਤਕਰੀਬਨ 15 ਲੀਟਰ ਦੀ ਕਪੈਸਿਟੀ ਦੁੱਧ ਦੀ ਤੋਂ 25 ਲੀਟਰ ਤੱਕ ਦੀ ਤਕਰੀਬਨ 50,000 ਤੋਂ ਸ਼ੁਰੂ ਹੋ ਕੇ ਸਾਡੇ ਕੋਲੇ 1,00,000 ਤੱਕ ਦੀ ਗਾਂ ਹੁੰਦੀ ਹੈ 50,000 ਤੋਂ ਸ਼ੁਰੂ ਹੋ ਗਿਆ ਇੱਕ ਬਈ ਜੇ ਕਿਸੇ ਨੇ ਵੀ ਵੈਸੇ ਘਰੇ ਰੱਖਣੀ ਹੈ ਤਾਂ 50,000 ਵਾਲੀ ਤਾਂ ਲੈ ਕੇ ਤੇ ਉਹ ਕਰ ਸਕਦਾ ਹਾਂਜੀ ਉੱਥੋਂ ਕੰਮ ਵਧੀਆ 14-15 ਲੀਟਰ ਦੁੱਧ ਦੀ ਕਪੈਸਿਟੀ ਜਾਂ ਇੰਨੇ ਤੇ ਚੱਲਦੀ ਆ ਤੇ ਵਧੀਆ ਕੰਮ ਚੱਲ ਸਕਦਾ ਬਾਕੀ ਇਹਦਾ ਜਿਹੜਾ ਦੁੱਧ ਆ ਉਹਦੀ ਫੈਟ ਵਧੀਆ ਮੱਝ ਦੇ ਬਰਾਬਰ ਆ ਮੱਝ ਨੇ ਕੰਪੈਰੀਟ ਇਹਦੇ ਦੁੱਧ ਆ ਤੇ ਵਧੀਆ ਮਤਲਬ ਰੱਖ ਰਖੋ ਜਾਂ ਠੀਕ ਵਧੀਆ ਇਹ ਗਾਂ ਹੈਗੀ ਆ ਜੀ ਜਰਸੀ ਜਿਹੜੀ ਆ ਜੀ ਹੁਣ ਇਧਰਲੇ ਪਾਸੇ ਜਿਵੇਂ ਆਹ ਬੱਚੀਆਂ ਆ ਗਈਆਂ ਨਾ ਜੀ ਹਾਂਜੀ ਤੇ ਇਹ ਜਿਵੇਂ ਦੇਖ ਸਕਦੇ ਹੋ ਮਿੱਤਰੋ ਤੁਸੀਂ ਤੇ ਬਾਕੀ ਜੇ ਬੱਚੀਆਂ ਵੀ ਲੈਣੀਆਂ ਬੱਚੀਆਂ ਦਾ ਵੀ ਮੇਨ ਕੰਮ ਹੈਗਾ ਜੀ ਬੱਚੀਆਂ ਵੀ ਤੁਸੀਂ ਖਰੀਦ ਸਕਦੇ ਇਹਨਾਂ ਕੋਲ ਇਹਨਾਂ ਦੀ ਗਾਂ ਦੀ ਗਾਂ ਹੁੰਦੀ ਹੈ ਜੀ ਅੱਡੇ ਜੀ ਅਸੀਂ ਪਾਸਿਓਂ ਪਰਚੇਜ਼ ਵੀ ਕਰਦੇ ਆ ਬਾਕੀ ਘਰ ਦੇ ਫਾਰਮ ਤੇ ਆਪਦੀਆਂ ਤਿਆਰ ਵੀ ਕਰਦੇ ਆ ਹਾਂਜੀ ਜੀ ਜੀ ਤੇ ਮੇਨ ਗਾਂਆਂ ਦੀ ਗੱਲ ਕਰੀਏ ਹੁਣ ਕਈ ਵੀਰਾਂ ਨੇ ਦੇਖੀਆਂ ਹੋਣੀਆਂ ਸਾਰੀਆਂ ਗਾਂਆਂ ਸਾਰੀਆਂ ਸੇਲ ਆ ਜਾਂ ਵਿੱਚੋਂ ਕੋਈ ਘਰੇ ਨਹੀਂ ਸਾਡੇ ਸਾਰੇ ਜਾਨਵਰ ਸੇਲ ਆ ਤੇ ਸਾਰੇ ਹੀ ਘਰੇ ਰੱਖਿਆ ਜਿਹੜਾ ਵੀ ਕਿਸੇ ਨੂੰ ਕੋਈ ਪਸੰਦ ਆਉਂਦਾ ਉਹ ਸਾਤੋਂ ਦੇਖ ਕੇ ਲਿਜਾ ਸਕਦਾ ਵਾ ਉਹ ਬਈ ਹੱਥ ਧਰੇ ਵੀ ਆਹ ਗਾਂ ਮੈਨੂੰ ਪਸੰਦ ਆ ਤਾਂ ਉਹ ਲਿਜਾ ਸਕਦਾ ਤਕਰੀਬਨ ਸਾਡੇ ਫਾਰਮ ਤੇ ਸਾਰੇ ਹੀ ਘਰੇ ਜਾਂਦੇ 50-60 ਜਾਨਵਰ ਤਕਰੀਬਨ ਹੀ ਸਾਡੇ ਕੋਲ ਫਾਰਮ ਤੇ ਹਰਦਮ ਘਰੇ ਰੱਖੇ ਹੋਏ ਆ ਫਾਰਮ ਤੇ ਹਰਦਮ ਘਰੇ ਰੱਖੇ ਹੋਏ ਆ ਤੇ ਉਂਝ ਲਿਜਾਣਾ ਤਾਂ ਲਿਆ ਵੀ ਸਕਦਾ ਕੋਈ ਵੀ ਜਿਹੜਾ ਵੀ ਕਿਸੇ ਨੂੰ ਪਸੰਦ ਆ ਉਹ ਆਪਦਾ ਦੇਖ ਕੇ ਲਿਜਾ ਸਕਦਾ ਦੇਖ ਕੇ ਲਿਜਾ ਸਕਦਾ ਇੱਕ ਗੱਲ ਹੋਰ ਆ ਜੀ ਪੰਜਾਬੀਆਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਆ ਬਈ ਜਰਸੀ ਆ ਵੀ
ਥੋੜਾ ਜਿਹਾ ਵੀ ਠੰਡੇ ਗਾਂ ਹੁੰਦੀ ਆ ਵੀ ਉਹ ਕੋਈ ਮੌਸਮ ਨਹੀਂ ਆਮ ਹੈਗੀ ਆ ਕੋਈ ਇਹਨੂੰ ਕਹਿੰਦਾ ਜੀ ਇਹ ਹਿਮਾਚਲ ਦੀ ਆ ਕੋਈ ਕਿਤੋਂ ਦੀ ਕਹੀ ਜਾਂਦਾ ਇਹ ਚ ਕੋਈ ਇਹਦਾ ਹਿਮਾਚਲ ਦੀ ਦਾ ਜਾਂ ਇਧਰਲੀ ਦਾ ਕੋਈ ਫਰਕ ਨਹੀਂਗਾ ਨਹੀਂ ਮੌਸਮ ਮੂਸਮ ਦਾ ਮੇਨਟੇਨ ਕਰਦਾ ਮੌਸਮ ਸਾਰਾ ਮੇਨਟੇਨ ਕਰਦੀ ਆ ਗਰਮੀ ਠੰਡ ਸਹਾਰਦੀ ਆ ਇਹ ਜੀ ਗਰਮੀ ਠੰਡ ਸਦਾ ਸਹਾਰਦੀ ਜੀ ਉਹਦੇ ਲੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਨਾ ਜੀ ਪੰਜਾਬ ਦੇ ਵਿੱਚ ਬਈ ਬਹੁਤ ਵਧੀਆ ਬਰੀਡ ਆ ਤੇ ਇਹ ਤੇ ਘਰੇ ਰੱਖਣ ਨੂੰ ਵੀ ਦੁੱਧ ਦੁੱਧ ਨੂੰ ਬਹੁਤ ਵਧੀਆ ਨਾ ਜੀ ਤੇ ਦੁੱਧ ਦੁੱਧ ਵਧੀਆ ਗਾਂ ਮੱਝਾਂ ਵਰਗਾ ਹੀ ਹੁੰਦਾ ਜੀ ਹਾਂਜੀ ਇਹਦੀ ਫੈਟ 5 ਤੋਂ ਲੈ ਕੇ 10 ਦੇ ਵਿੱਚ ਫੈਟ ਆਮ ਚੱਲਦੀ ਹੈ ਜੀ 5 ਤਾਂ ਪਲਾਸੀ ਹੈ 6 7 ਤਾਂ ਆਮ ਹੀ ਆਈ ਜਾਂਦੀ ਆ ਬਾਕੀ ਜਿਹੜੀ ਹਾਈ ਹੈਟ ਆ ਉਹ 10 ਤੱਕ ਵੀ ਜਾ ਵੜਦੀ ਹੈ ਨਹੀਂ ਉਹ 10 ਤੱਕ ਵੀ ਜਾ ਵੜਦੀ ਹੈ ਹਾਂਜੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਇੱਕ ਵਾਰ ਬਈ ਸਾਰਾ ਦਿਖਾ ਦਈਏ ਨਾ ਸਰੀਰ ਦੇ ਬਾਂਤਰ ਤੌਰ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀਆਂ ਚੰਗੀਆਂ ਆਵਾਂ ਜਿੰਨੇ ਵੀ ਤੁਸੀਂ ਜਾਨਵਰ ਦੇਖੋਗੇ ਫਾਰਮ ਤੇ ਸਾਰੇ ਚੰਗੇ ਆ ਕੋਈ ਮਾੜਾ ਜਾਨਵਰ ਰੱਖਦੇ ਆ ਪਹਿਲੀ ਗੱਲ ਤਾਂ ਮਾੜਾ ਜਾਨਵਰ ਖਰੀਦਦੇ ਨਹੀਂਗੇ ਤੇ ਜੇ ਖਰੀਦ ਵੀ ਲਿਆ ਤੇ ਉਹ ਗੋਵੇਂ ਗੱਲ ਨਹੀਂ ਹੈਗੀ ਸਭ ਤੁਹਾਨੂੰ ਚੰਗੇ ਹੀ ਮਿਲਣਗੇ ਨਾ ਜੀ ਇਹ ਤਾਂ ਹੈ ਜੀ ਅਸੀਂ ਜੇ ਕੋਈ ਫਰਜ ਕੀਤਾ ਜਾਨਵਰ ਮਾੜਾ ਵੀ ਨਿਕਲ ਜਾਂਦਾ ਉਹ ਅਸੀਂ ਕਿਸੇ ਨੂੰ ਸੇਲ ਨਹੀਂ ਕਰਦੇ ਕਹਿੰਦਾ ਵੀ ਇਹ ਵੇਚਣਾ ਨਹੀਂ ਜਾਂ ਅਸੀਂ ਦੇਣ ਵਾਲਾ ਨਹੀਂ ਅਸੀਂ ਜੋ ਵੀ ਜਾਨਵਰ ਸਾਡੇ ਫਾਰਮ ਤੋਂ ਸੇਲ ਕਰਦੇ ਆ ਵਧੀਆ ਅਗਲੇ ਦੀ ਸੰਤੁਸ਼ਟੀ ਕਰਾ ਕੇ ਫੇਰ ਹੀ ਸੇਲ ਕਰਦੇ ਆ ਫੇਰ ਹੀ ਸੇਲ ਕਰਦੇ ਤੇ ਮੇਨ ਗੱਲ ਬਈ ਜਿਹੜੀ ਗੱਲ ਵੀਡੀਓ ਦੇ ਵਿੱਚ ਬੋਲੀ ਹੁੰਦੀ ਆ ਜਾਂ ਜਿਹੜੀ ਗੱਲ ਬੰਦੇ ਨੂੰ ਕਹੀ ਆ ਤੇ ਉਹੀ ਗੱਲ ਨਿਕਲੂਗੀ ਉਹੀ ਗੱਲ ਨਿਕਲੂਗੀ ਅਸੀਂ ਆਨਲਾਈਨ ਵੀ ਤਾਂ ਹੀ ਸਾਡਾ ਮਾਲ ਜਾਂਦਾ ਵਾ ਆਨਲਾਈਨ ਭੇਜੀ ਜਾਂਦੇ ਆ ਤੇ ਜਾਂ ਅਗਲੇ ਦੀ ਤਸੱਲੀ ਘਰੇ ਵੀ ਅਗਲੇ ਨੂੰ ਕਹੀ ਭਰੋਸਾ ਬਣਿਆ ਲੋਕਾਂ ਦਾ ਭਰੋਸਾ ਬਣਿਆ ਸਾਡਾ ਤਕਰੀਬਨ ਹੀ ਸਾਨੂੰ ਮੈਨੂੰ ਇਹ 40 ਸਾਲ ਹੋ ਗਏ ਇਸ ਕੰਮ ਕਰਦੇ ਨੂੰ ਜਿਹੜਾ ਸੇਲ ਪਰਚੇਜ ਦਾ ਵਾ ਠੀਕ ਹੈ ਜੀ ਸਾਡੀ ਇੰਨੀ ਕੁ ਮਾਰਕੀਟ ਬਣੀ ਆ ਬਾਕੀ ਮਹਾਰਾਜ ਨੂੰ ਪਤਾ ਤੇ ਜਨਤਾ ਨੂੰ ਵੀ ਪਤਾ ਇਸ ਬਾਰੇ ਵੀ ਕਿੰਨੀ ਸ਼ੀਨਾ ਜਰਸੀ ਫਾਰਮ ਦੀ ਮਤਲਬ ਹੈਗੀ ਆ ਮਾਰਕੀਟ ਸ਼ੀਨਾ ਜਰਸੀ ਫਾਰਮ ਤੋਂ YouTube ਤੇ ਵੀ ਸਰਚ ਮਾਰੋਗੇ ਉੱਥੇ ਹੀ ਉਹਨਾਂ ਦਾ ਚੈਨਲ ਹੈਗਾ ਉਹ ਵੀ ਨਿਕਲ ਆਊਗਾ ਨਾ ਜੀ ਤੇ ਇੱਕ ਗੱਲ ਚਲੋ ਇਹ ਤਾਂ ਰਹੀ ਖਰੀਦਣ ਦੀ ਗੱਲ ਹੈ ਨਾ ਜੀ ਜੇ ਕਿਸੇ ਨੇ ਘਰੋਂ ਆਪਦੇ ਗਾਂ ਕੋਈ ਵੇਚਣੀ ਹੋਵੇ ਹਾਂਜੀ ਜੇ ਕਿਸੇ ਨੇ ਸੇਲ ਕਰਨੀ ਤਾਂ ਵੀ ਸਾਨੂੰ ਫੋਨ ਕਰ ਸਕਦਾ ਅਸੀਂ ਆਨਲਾਈਨ ਵੀ ਲੈਨੇ ਆ ਤਾਂ ਜਾ ਕੇ ਦੇਖ ਕੇ ਵੀ ਲੈ ਲੈਨੇ ਆ ਨਹੀਂ ਅਸੀਂ ਆਨਲਾਈਨ ਮਤਲਬ ਗਾਂ ਖਰੀਦ ਕਰਦੇ ਆ ਠੀਕ ਹੈ ਜੀ ਉਧਰਲੇ ਪਾਸੇ ਚੱਲੀਏ ਮਾੜਾ ਜਿਹਾ ਉਧਰਲੇ ਪਾਸੇ ਵੀ ਦਿਖਾ ਦਿਓ ਇਧਰਲੇ ਪਾਸੇ ਤਾਂ ਮਾੜੀ ਜੀ ਨਿਗਾਹ ਮਰਾ ਦੀ ਵੀ ਸਾਰੇ ਗਾਵਾਂ ਤੇ ਕੱਲੀ ਕੱਲੀ ਦੱਸਣ ਲੱਗ ਗਏ ਤਾਂ ਫਿਰ ਤੁਹਾਨੂੰ ਪਤਾ ਵੀ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਪਰ ਜੇ ਕਿਸੇ ਨੇ ਆ ਕੇ ਦੇਖਣਾ ਤੇ ਇੱਕ ਵਾਰ ਦੁਬਾਰਾ ਲੋਕੇਸ਼ਨ ਵੀ ਬੋਲ ਦੇ ਵੀ ਕਿੱਥੇ ਆਵੇ ਜੀ ਬੰਦਾ ਸਾਡਾ ਪਿੰਡ ਜੰਡੀ ਆ ਜੀ ਠੀਕ ਹੈ ਜੀ ਤਹਿਸੀਲ ਜਗਰਾਉਂ ਆ ਹਾਂਜੀ ਜ਼ਿਲ੍ਹਾ ਲੁਧਿਆਣਾ ਆ ਜੀ ਜਗਰਾਉਂ ਤੋਂ ਸਾਡਾ 10 ਕਿਲੋਮੀਟਰ ਤੇ ਪਿੰਡ ਆ ਠੀਕ ਹੈ ਜੀ ਤੇ ਮੇਨ ਰੋਡ ਤੋਂ 1 ਕਿਲੋਮੀਟਰ ਹਟਮਾ ਜੀ ਸਾਡਾ ਪਿੰਡ ਜੀ ਤੇ ਜੰਡੀ ਸਾਡਾ ਪਿੰਡ ਆ ਸੁਖਵਿੰਦਰ ਸਿੰਘ ਨਾਮ ਆ ਜਿੱਥੋਂ ਵੀ ਮਰਜੀ ਬਖਸ਼ੀਪੁਰ ਹਾਂ ਬਖਸ਼ੀਪੁਰ ਵਾਲੇ ਰੋਡ ਤੇ ਆ ਜੇ ਕਿਸੇ ਨੇ ਵੀ ਜਦੋਂ ਵੀ ਆਉਣਾ ਸ਼ੀਨਾ ਜਰਸੀ ਫਾਰਮ ਪੁੱਛ ਕੇ ਜਦੋਂ ਮਰਜੀ ਆ ਸਕਦੇ ਜਦੋਂ ਮਰਜੀ ਆ ਸਕਦਾ ਇਧਰਲੇ ਪਾਸੇ ਦੇਖ ਸਕਦੇ ਹੋ ਜੀ ਇੱਥੋਂ ਤੁਸੀਂ ਲਾ ਸਕਦੇ ਹੋ ਅੰਦਾਜ਼ਾ ਪਾਰਕਿੰਗ ਵੀ ਬਣਾਈ ਹੋਈ ਹੈ ਇਹਨਾਂ ਨੇ ਹਨਾ ਜੀ ਗੱਡੀਆਂ ਗੁੱਡੀਆਂ ਖੜਨ ਨੂੰ ਤੇ ਬਾਕੀ ਗੱਲ ਕਰੀਏ ਤੇ ਇਧਰਲੇ ਪਾਸੇ ਇਹਨਾਂ ਦਾ ਅੱਡ ਵੀ ਫਾਰਮ ਆ ਗਿਆ ਤੇ ਕੁਝ ਗਾਵਾਂ ਹੋਰ ਰੱਖੀਆਂ ਹੋਈਆਂ ਤੇ ਆਲਮੋਸਟ ਕਿੰਨੇ ਕੁ ਪਸ਼ੂ ਹੁੰਦੇ ਜੀ ਆਪਣੇ ਮੇਨ ਬਈ ਖੜੇ ਹੀ ਹੁੰਦੇ ਆ ਸਾਡੇ ਕੋਲੇ ਤਕਰੀਬਨ ਘੱਟ ਤੋਂ ਘੱਟ 60 ਜੀ ਵੱਧ ਵੀ ਹੋ ਸਕਦਾ ਜਿਵੇਂ ਕਿ ਅਸੀਂ ਆਵਾਂ ਜਾਨਵਰ ਸਾਡੇ ਕੋਲੇ ਅਸੀਂ ਆਪਦੇ ਬੁੱਲ ਵੀ ਤਿਆਰ ਕਰਦੇ ਆ ਜੋ ਕੰਪਨੀਆਂ ਨੂੰ ਦਿੰਨੇ ਆ ਅੱਛਾ ਤੇ ਫਾਰਮ ਤੇ ਬਾਕੀ ਛੋਟੀਆਂ ਬੱਚੀਆਂ ਜਾਂ ਜਿਵੇਂ ਵੀ ਸਾਰੇ ਜਾਨਵਰ ਫਾਰਮ ਤੇ ਹੀ ਤਿਆਰ ਕਰਦੇ ਆ ਜੀ ਆ ਦਿਖਾ ਦਈਏ ਬਾਈ ਨੇੜੇ ਹੋ ਕੇ ਤੇ ਬੁੱਲ ਵੀ ਜਰਸੀ ਦੇ ਹੁੰਦੇ ਆਪਣੇ ਕੋਲ ਹਾਂਜੀ ਇਹ ਛੋਟੇ ਬੁੱਲ ਆ ਜਾਂ ਠੀਕ ਹੈ ਸਾਡੇ ਕੋਲ ਗਾਂ ਤਿਆਰ ਕਰਦੇ ਆ ਆਪਦੇ ਫਾਰਮ ਤੇ ਅੱਛਾ ਅੱਛਾ ਤਿਆਰ ਕਰਦੇ ਤੁਸੀਂ ਠੀਕ ਆ ਤਿਆਰ ਕਰਕੇ ਕਿਵੇਂ ਵੀ ਇਹਨਾਂ ਸੀਮਨ ਵਗੈਰਾ ਵੇਚਦੇ ਹੋ ਜਾਂ ਕਿਵੇਂ ਵੀ ਨਹੀਂ ਸਾਤੋਂ ਕੰਪਨੀਆਂ ਵਾਲੇ ਲੈ ਜਾਂਦੇ ਆ ਜੀ ਸਾਰੇ ਅੱਛਾ ਜਿਵੇਂ ਗਾਂ ਇਹ ਵੇਚ ਦਿੰਦੇ ਹੋ ਇਹ ਵੀ ਵੇਚ ਦਿੰਦੇ ਹੋ ਤਿਆਰ ਕਰਕੇ ਬੁੱਲ ਵੀ ਵੇਚਦੇ ਆ ਤੇ ਜੇ ਕਿਸੇ ਨੇ ਬੋਲੀ ਘਰੇ ਰੱਖਣ ਨੂੰ ਵੀ ਕਈ ਵਾਰ ਹੁੰਦਾ ਅਗਲੇ ਦਾ ਕੋਈ ਬਿਜ਼ਨਸ ਸ਼ੁਰੂ ਕਰਦਾ ਉਹ ਵੀ ਕਰ ਸਕਦਾ ਹਾਂਜੀ ਹਾਂਜੀ ਸਾਤੋਂ ਫਾਰਮ ਵਾਲੇ ਵੀ ਲੈ ਕੇ ਜਾਂਦੇ ਆ ਅੱਛਾ ਬੁੱਲ ਵੀ ਅਸੀਂ ਸੇਲ ਕਰਦੇ ਕੰਪਨੀ ਵਾਲੇ ਵੀ ਲੈ ਕੰਪਨੀ ਵਾਲੇ ਵੀ ਲੈ ਕੇ ਜਾਂਦੇ ਠੀਕ ਹੈ ਜੀ ਕੰਪਨੀ ਵਾਲੇ ਮਿੱਤਰੋ ਲੈ ਜਾਂਦੇ ਆ ਸਾਰੀਆਂ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਣਗੀਆਂ ਇਹ ਨਾ ਸੋਚੋ ਵੀ ਸਾਨੂੰ ਆਉਣਾ ਦੂਰ ਆ ਅਸੀਂ ਫਲਾਣੇ ਹੋਰ ਕਿਤੋਂ ਅਸੀਂ ਪੰਜਾਬ ਤੋਂ ਬਾਹਰੋਂ ਆ ਤਾਂ ਉਹ ਤੁਹਾਡੇ ਲਈ ਆ ਦੇਖੋ ਇਧਰਲੇ ਪਾਸੇ ਇਹਨਾਂ ਦੇ ਕੋਲ ਸਾਧਨ ਵੀ ਹੈਗੇ ਆ ਪਹੁੰਚਾਉਣ ਨੂੰ ਹਨਾ ਜੀ ਤੇ ਉਹੀ ਤੁਹਾਡੇ ਕੋਲ ਘਰੇ ਬੈਠਣ ਨੂੰ ਤੁਹਾਨੂੰ ਆ ਜਿਹੜਾ ਵਾ ਮਾਲ ਮਿਲ ਜੂਗਾ ਹਨਾ ਜੀ ਸੋ ਉਧਰਲੇ ਪਾਸੇ ਚੱਲੀਏ ਉਹਨਾਂ ਬਾਰੇ ਦੱਸਿਓ ਜੀ ਉਧਰਲੇ ਪਾਸੇ ਇਧਰ ਅਸੀਂ ਫਾਰਮ ਤੇ ਜੀ ਬੱਚੀਆਂ ਤਿਆਰ ਕਰਦੇ ਆ ਠੀਕ ਹੈ ਤਕਰੀਬਨ 5 ਮਹੀਨੇ ਤੋਂ ਲੈ ਕੇ ਤਕਰੀਬਨ ਗੱਭਣ 2-3-4-5 ਮਹੀਨੇ ਤੱਕ ਦੀ ਠੀਕ ਹੈ ਜਿਹੋ ਜੀ ਵੀ ਮਰਜ਼ੀ ਬੱਚੀ ਸਾਤੋਂ ਖਰੀਦ ਸਕਦਾ ਕੋਈ ਜੀ ਛੋਟੀ ਵੱਡੀ ਜਿੰਨੀ ਕਿਸੇ ਨੂੰ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਜੀ ਤੇ ਇਧਰਲੇ ਪਾਸੇ ਬਈ ਨਿਗਾਹ ਮਰਾ ਦੀ ਇਧਰਲੇ ਪਾਸੇ ਇਹਨਾਂ ਨੇ ਕਾਫੀ ਥਾਂ ਰੱਖਿਆ ਹੋਇਆ ਬਾਕੀ ਤੇ ਇਹਦੇ ਵਿੱਚ ਜਿਹੜਾ ਦੇਖ ਸਕਦੇ ਹੋ ਆ ਹੋਰ ਵੀ ਵਗੈਰਾ ਵੀ ਜਰਸੀ ਤੋਂ ਬਿਨਾਂ ਵੀ ਹੁੰਦੀਆਂ ਤੁਹਾਡੇ ਕੋਲ ਨਹੀਂ ਇਹ ਜਰਸੀ 'ਚ ਹੀ ਆਉਂਦੀਆਂ ਸਾਰੀਆਂ ਜੋ ਇਹ ਵੀ ਜਰਸੀ ਹਾਂ ਜਰਸੀ ਇਹਦਾ ਰੰਗ ਕਲਰ ਦਾ ਕੋਈ ਮਤਲਬ ਨਹੀਂ ਇਹ ਜਰਸੀ ਦੇ ਕੈਰੈਕਟਰ ਦੇਖੇ ਜਾਂਦੇ ਆ ਅੱਛਾ ਕੈਰੈਕਟਰ ਤੋਂ ਪਤਾ ਲੱਗ ਗਿਆ ਹਾਂਜੀ ਰੰਗ ਤਾਂ ਇਹ 6-7 ਰੰਗ ਆਉਂਦੇ ਜਿਵੇਂ ਆ ਡੱਬ 'ਚ ਆ ਗਈ ਗੂੜੀ ਬਦਾਮੀ ਆ ਗਈ ਫਿੱਕੀ ਬਦਾਮੀ ਆ ਗਈ ਕਾਲੇ ਕਲਰ 'ਚ ਆ ਗਈ ਚਿੱਟੇ 'ਚ ਆ ਗਈ ਜੀ ਰੰਗ ਤਾਂ ਇਹਦੇ 6-7 ਆ ਰਹੇ ਆ ਜੀ 6-7 ਰੰਗਾਂ 'ਚ ਆ ਰਹੀ ਆ ਅਤੇ ਮੇਨ ਗੱਲ ਕਰੀਏ ਵੀ ਬਰੀਡ ਤੁਹਾਨੂੰ ਇਕੱਲੀ ਜਰਸੀ ਹੀ ਮਿਲੂਗੀ ਜੇ ਕੋਈ ਬੰਦਾ ਜਰਸੀ ਗਾਂ ਭਾਲਦਾ ਨਾ ਹੋਰ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਘੱਟ ਹੀ ਮਿਲਦੀ ਹੈ ਨਾ ਜੀ ਹਾਂਜੀ ਹੈਗੀ
ਤੇ ਜੇ ਕਿਸੇ ਨੇ ਆਨਲਾਈਨ ਮੰਨ ਕੇ ਚੱਲੀਏ ਡਿਲੀਵਰੀ ਲੈਣੀ ਹੈ ਤਾਂ ਆਨਲਾਈਨ ਡਿਲੀਵਰੀ ਮਿਲ ਸਕਦਾ। ਆਨਲਾਈਨ ਤੁਸੀਂ ਗੱਲਬਾਤ ਤੁਸੀਂ ਕਰ ਲਿਓ ਵੀ ਕੀ ਸਿਸਟਮ ਹੁੰਦਾ ਗਾ, ਬਾਕੀ ਨੰਬਰ ਇਹਨਾਂ ਦੇ ਪਾ ਦਾਂਗੇ ਇੱਕ ਤੇ, ਅਤੇ ਬਾਕੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਇੱਕ ਵਾਰ ਦੁਬਾਰਾ ਲੋਕੇਸ਼ਨ ਬੋਲ ਦਿਓ ਜੀ। ਹਾਂਜੀ, ਸਾਡਾ ਪਿੰਡ ਝੰਡੀ ਆ ਜੀ, ਜ਼ਿਲ੍ਹਾ ਲੁਧਿਆਣਾ ਵਾ ਜੀ, ਤਹਿਸੀਲ ਜਗਰਾਓਂ ਪੈਂਦੀ ਹੈ ਸਾਨੂੰ। ਜਗਰਾਓਂ ਤੋਂ 10 ਕਿਲੋਮੀਟਰ 'ਤੇ ਸਾਡਾ ਝੰਡੀ ਪਿੰਡ ਆ, ਮੇਨ ਰੋਡ ਤੋਂ 1 ਕਿਲੋਮੀਟਰ ਹਟਵਾਂ ਜੀ। ਜਦੋਂ ਵੀ ਕਿਸੇ ਨੇ ਆਉਣਾ ਹੋਵੇ ਸਾਡਾ ਨਾਂ ਜਾਂ ਕੋਈ ਵੀ ਸਾਡੇ ਸ਼ੀਨਾ ਜਰਸੀ ਫਾਰਮ ਦਾ ਪੁੱਛ ਕੇ, ਜਦੋਂ ਵੀ ਮਰਜ਼ੀ 12 ਵਜੇ ਤੋਂ ਬਾਅਦ ਅਸੀਂ ਫਾਰਮ 'ਤੇ ਅਟੈਂਡ ਕਰਾਂਗੇ, ਜਦੋਂ ਵੀ ਮਰਜ਼ੀ ਆ ਸਕਦਾ 12 ਵਜੇ ਤੋਂ ਬਾਅਦ। 12 ਵਜੇ ਤੋਂ ਬਾਅਦ ਜਦੋਂ ਮਰਜ਼ੀ ਆ ਸਕਦੇ। ਮੈਡਮ ਨੰਬਰ ਬੋਲ ਦਿਓ ਆਪਣਾ। ਸਾਡਾ ਨੰਬਰ ਹੈਗਾ ਜੀ 98 140 ਜੀ 57587 ਜੀ। ਦੂਜਾ ਇੱਕ ਹੋਰ ਨੰਬਰ ਹੈ 97811 ਜੀ 45007। ਇਹ ਦੋਨਾਂ ਨੰਬਰਾਂ 'ਤੇ ਜਦੋਂ ਵੀ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦਾ ਵਾ। ਦੋਵਾਂ ਨੰਬਰਾਂ 'ਤੇ ਬਈ ਜਦੋਂ ਮਰਜ਼ੀ ਸੰਪਰਕ ਕਰ ਲਿਓ, ਅਤੇ ਜੇ ਕਿਸੇ ਨੇ ਵੀ ਪਸ਼ੂ ਦੇਖਣ ਆ ਗਏ ਤਾਂ ਲੈ ਕੇ ਜਾਓਗੇ, ਕਿਉਂਕਿ ਇੰਨੀ ਤਗੜੀ ਬਰੀਡ ਆ ਅਤੇ ਇੰਨਾ ਤਗੜੇ ਬਾਈ ਹੋਣਾ ਸਾਂਭੇ ਹੋਏ, ਕਿਉਂਕਿ ਬਹੁਤ ਵਧੀਆ ਮੇਨਟੇਨ ਕਰਕੇ ਰੱਖਿਆ, ਬਹੁਤ ਵੱਡਾ ਫਾਰਮ ਆ। ਸੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਆਇਆਂ ਸਤਿ ਸ਼੍ਰੀ ਅਕਾਲ ਜੀ।